ਉਹਦੇ ਵਿੱਚ ਦੋ ਮੁਲਾਜ਼ਮ ਦੋ ਬੰਦੇ ਇਹਨਾਂ ਨੇ ਫੜੇ ਸੀਗੇ ਜਿਹੜੇ ਬੰਦੇ ਦੋਸ਼ੀ ਸੀਗੇ। ਉਹਨਾਂ ਦੀ ਪੁੱਛਗਿੱਛ ਦੇ ਵਿੱਚ ਇਹ ਆਇਆ ਸੀਗਾ ਬੰਦਾ ਦਿਸੂ ਯੋਧਾ ਦਾ, ਉਹ ਕੱਲ੍ਹ ਨੋਮੀਨੇਟ ਕੀਤਾ ਗਿਆ ਸੀਗਾ। ਉਹਦੀ ਇਨਫੋਰਮੇਸ਼ਨ ਸੀ ਕੱਲ੍ਹ ਕਿ ਬਾਰਡਰ 'ਤੇ ਆਇਆ ਹੋਇਆ ਹੈਗਾ ਪੰਜਾਬ ਦੇ ਡੱਬਲ ਦੇ ਨਾਲ, ਅਤੇ ਉੱਥੇ ਅੱਜ ਸਵੇਰੇ ਇਹਨਾਂ ਰੇਡ ਕੀਤੀ ਸੀਗੀ। ਉਹਨੂੰ ਜਦੋਂ ਫੜਨ ਲੱਗਿਆ ਤਾਂ ਉਹ ਭੱਜ ਕੇ ਅੱਗੇ ਚਲਾ ਗਿਆ, ਜਦੋਂ ਗੱਡੀ ਦੇਖੀ ਇਹਨੇ ਅਤੇ ਇਹਨਾਂ ਨੇ ਪਿੱਛਾ ਕੀਤਾ ਤਾਂ ਉਹ ਪਿੰਡ ਦੇ ਵਿੱਚ ਚਲਾ ਗਿਆ। ਅਤੇ ਉੱਥੇ ਪਿੰਡ ਵਾਲਿਆਂ ਨੇ ਇਕੱਠੇ ਹੋ ਕੇ ਤਾਂ ਉਹਨਾਂ ਨੂੰ ਜਿਹੜਾ ਬੰਦਾ ਸੀਗਾ ਜਿਹੜਾ ਪਹਿਲਾਂ ਫੜਿਆ ਹੋਇਆ ਸੀਗਾ ਗਗਨਦੀਪ ਨਾਲ ਲੈ ਗਿਆ ਸੀ, ਉਹਨੂੰ ਵੀ ਛਡਾ ਲਿਆ ਅਤੇ ਕੋਟਮਾਰ ਕੀਤੀ। ਇਹ ਕੁਲਵਿੰਦਰ ਉਹਦਾ ਨਾਂ, ਕਾਂਤੀ ਹੈ ਦੇਸੂ ਯੋਧਾ ਪਿੰਡ ਦਾ, ਦੇਸੂ ਯੋਧਾ ਪਿੰਡ ਦਾ ਕਲੋਨ। ਇਹ ਜਦੋਂ ਪਿੰਡ ਦੇ ਵਿੱਚ ਗਏ ਆ, ਜਦੋਂ ਉਹ ਭੱਜ ਗਿਆ ਹੈਗਾ ਪਿੰਡ ਦੇ ਵਿੱਚ, ਤਾਂ ਉੱਥੇ ਜਦੋਂ ਪਹੁੰਚ ਗਿਆ ਤਾਂ ਪਿੰਡ ਵਾਲੇ ਰੌਲਾ ਪਾ ਕੇ ਪਿੰਡਾਂ ਨੇ ਇਕੱਠੇ ਕਰ ਲਏ। ਸਰ ਕਿੰਨੇ ਬੰਦੇ ਦੇ ਵਿੱਚ ਜ਼ਖਮੀ ਹੈ ਸਾਰੇ ਪੁਲਿਸ ਵਾਲੇ ਜਾਂ ਹੋਰ ਕੋਈ? ਸਾਡੇ ਪੁਲਿਸ ਵਾਲੇ ਸਾਰੇ ਬੰਦੇ ਸੱਟਾਂ ਲੱਗੀਆਂ ਹੈਗੀਆਂ। ਕਿੰਨੇ ਬੰਦੇ ਨੇ ਸਰ? ਸੱਤ ਬੰਦੇ। ਰੇਡ ਮਾਰਨੇ ਪਹਿਲਾਂ ਹਰਿਆਣਾ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਗਈ ਸੀ ਜਾਂ ਪਿੱਛਾ ਕਰ ਰਹੇ ਸੀਗੇ? ਇਹ ਪਿੱਛਾ ਕਰ ਰਹੇ ਸੀਗੇ। ਇੱਕ ਬੰਦੇ 'ਤੇ ਗੋਲੀ ਲੱਗੀ ਹੈਗੀ ਹੈ, ਉਹਦੀ ਹਾਲਤ ਠੀਕ ਹੈ, ਸਥਿਰ ਹੈ, ਪਰ ਅੰਡਰ ਓਬਜ਼ਰਵੇਸ਼ਨ ਹੈ। ਇਹ ਹੁਣ ਤਫਤੀਸ਼ ਦੇ ਵਿੱਚ ਪਤਾ ਲੱਗੇਗੀ। ਉੱਧਰੋਂ ਫਾਇਰਿੰਗ ਹੋਈ ਹੈ ਜਾਂ ਉਹਨਾਂ ਕੋਲ ਹਥਿਆਰ ਸੀ, ਕੀ ਸੀ? ਇਹ ਹੁਣ ਸਰਸਾ ਪੁਲਿਸ ਦੇਖ ਰਹੀ ਹੈਗੀ ਹੈ, ਉਹ 'ਚ ਪਤਾ ਲੱਗੇ ਕੀ ਪਿੰਡ ਦਾ ਬੰਦਾ ਕੋਈ ਜਗ੍ਹਾ ਸਿੰਘ ਦਰਦ ਵੀ ਹੋਈ ਜਗ੍ਹਾ ਸਿੰਘ ਦੀ ਕੋਈ ਜਗ੍ਹਾ ਸਿੰਘ ਇਹ ਸਰਸਾ ਪੁਲਿਸ ਦੇਖ ਰਹੀ ਹੈ ਕੀ ਹੋ ਰਿਹਾ ਸਰ? ਜਿਹੜੇ ਹਰਿਆਣਾ ਗੋਲੀ ਚਲਾਈ ਉਹਨਾਂ ਹਥਿਆਰ ਆਪਣੇ ਸੀਗੇ? ਨਹੀਂ, ਜਿਹੜੇ ਸਾਡੇ ਕੋਲ ਮੁਲਾਜ਼ਮਾਂ ਦੇ ਹਥਿਆਰ ਸੀਗੇ ਸਾਡੇ ਕੋਲ ਆਪਣੇ ਸੀਗੇ, ਉਹ ਪਿੰਡ ਵਾਲਿਆਂ ਦੇ ਆਪਣੇ ਸੀਗੇ, ਉਹਨਾਂ ਨੇ ਜਿਹੜੇ ਚਲਾਇਆ ਗਿਆ। ਨਹੀਂ, ਦੋਨੋਂ ਤਰਫ ਫਾਇਰਿੰਗ ਹੋਈ ਹੈ ਜੀ? ਇਹ ਹੁਣ ਸਰਸਾ ਪੁਲਿਸ ਦੇਖ ਰਹੀ ਹੈ, ਸਰਸਾ ਪੁਲਿਸ ਇੰਸੀਡੈਂਟ ਨੂੰ ਦੇਖ ਰਹੀ ਹੈ। ਸਰ ਇਹ ਕਿੰਨੇ ਵਜੇ ਘਟਨਾ ਹੈਗੀ ਅਤੇ ਪੁਲਿਸ ਕਿੰਨੇ ਵਜੇ, ਕਿੰਨੇ ਬੰਦੇ ਦੀ ਟੋਟਲ ਟੀਮ ਗਈ ਸੀ ਤੁਹਾਡੀ? ਇਹ ਸਾਡੀ 7 ਬੰਦੇ ਦੀ ਟੀਮ ਗਈ ਸੀ ਸਵੇਰੇ 6:30, 6:15, 6:30 ਦਾ ਇੰਸੀਡੈਂਟ। ਤੇ 7 ਬੰਦੇ ਜ਼ਖਮੀ ਹੈ ਜੀ? ਹਾਂ, 7 ਬੰਦੇ ਜ਼ਖਮੀ ਹੈ। ਕਿੰਨੀ ਸਰ ਕਿੰਨੀ ਗੰਭੀਰ ਕਾਰਵਾਈ ਹੋਈ? ਅੱਗੇ ਕਿਸ ਤਰ੍ਹਾਂ ਦੀ ਕਾਰਵਾਈ ਚੱਲੇਗੀ ਜੀ? ਕਾਰਵਾਈ ਅਸੀਂ ਜੋ ਇੰਸੀਡੈਂਟ ਹੋਇਆ ਉਹਦਾ ਅਸੀਂ ਕੇਸ ਰਜਿਸਟਰ ਕਰਵਾ ਰਹੇ ਹੈਗੇ ਹਾਂ। ਸਰ ਕੇਸ ਰਜਿਸਟਰ ਕਿਹਦੇ ਖਿਲਾਫ ਹੋ ਰਿਹਾ ਸਰ? ਜਿਹੜਾ ਹੋ ਰਿਹਾ ਜਿਹੜੇ ਪਿੰਡ ਵਾਲੇ ਹੈਗੇ ਆ ਜਿਨ੍ਹਾਂ ਨੇ ਕੁੱਟਮਾਰ ਕੀਤੀ ਹੈ, ਹਰਿਆਣਾ ਦੇ ਰਜਿਸਟਰ ਹੋਏਗਾ ਜੀ ਕੇਸ? ਹਾਂਜੀ ਹਾਂਜੀ, ਹਰਿਆਣਾ 'ਚ ਹੋਏਗਾ। ਨਹੀਂ, ਜਿਹੜਾ ਨਸ਼ਾ ਤਸਕਰ ਗ੍ਰਿਫਤਾਰ ਕੀਤਾ ਗਿਆ ਸੀ ਉਹਨੇ ਕੀ ਜਾਣਕਾਰੀ ਦਿੱਤੀ ਸੀ ਜੀ, ਕਾਹਦਾ ਪਰਚਾ ਸੀ? ਉਹ ਤਾਂ ਨਸ਼ੇ ਦੇ ਸੀਗਾ, ਉਹਨੇ ਤਾਂ ਇਹੀ ਇਨਫੋਰਮੇਸ਼ਨ ਦਿੱਤੀ ਸੀ ਕਿ ਉਹਦੇ ਕੋਲੋਂ ਲੈ ਕੇ ਆਉਂਦਾ ਮਾਲ ਅਤੇ ਉਹਦੇ ਕੋਲ ਹੋਰ ਹੈਗਾ। ਕਿਹੜਾ ਮਾਲ ਜੀ, ਕੀ ਮਾਲ ਹੈਗਾ ਸੀ, ਕਿੰਨਾ ਮਾਲ ਸੀ? ਜਿਹੜੀਆਂ ਗੋਲੀਆਂ ਯੂਜ ਕਰਦੇ ਆ ਇਹ, ਹਾਂਜੀ, ਉਹ ਗੋਲੀਆਂ ਦੀ ਇਨਫੋਰਮੇਸ਼ਨ ਸੀਗੀ। ਅੱਛਾ ਜੀ। ਅਤੇ ਇੱਕੋ ਹੀ ਬੰਦੇ ਨੂੰ ਫੜਨ ਜਾਣਾ ਸੀ ਜਾਂ ਹੋਰ ਵੀ ਕੋਈ ਹੈਗੇ ਸੀ ਬੰਦੇ? ਇੱਕੋ ਹੀ ਬੰਦਾ ਸੀ। ਕੀ ਨਾਮ ਸੀ ਇਹਦਾ? ਦੱਸਿਆ ਮੈਂ, ਕੁਲਵਿੰਦਰ ਕਾਂਤੀ। ਠੀਕ ਹੈ ਸਰ, ਥੈਂਕ ਯੂ।